ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਕੋਸ਼ਿਸ਼ ਹੁੰਦੀ ਹੈ ਲਗਾਤਾਰ ਇਸ ਸ਼ੋਅ ਦੇ ਜ਼ਰੀਏ ਯੂਕੇ ਨੂੰ ਲੈ ਕੇ ਲੇਟੈਸਟ ਇੰਪੋਰਟੈਂਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਸੋ ਅੱਜ ਦਾ ਜਿਹੜਾ ਸ਼ੋਅ ਹੈ ਜੀ, ਉਹ ਪਰਟੀਕੂਲਰਲੀ ਡੈਡੀਕੇਟਿਡ ਹੈ ਯੂਕੇ ਸਟੂਡੈਂਟਸ ਦੇ ਲਈ, ਗਲੌਸਟਰਸ਼ਾਇਰ ਯੂਨੀਵਰਸਿਟੀ। ਗਲੌਸਟਰਸ਼ਾਇਰ ਯੂਨੀਵਰਸਿਟੀ ਦੇ ਵਿੱਚ ਕੀ ਬੈਨੀਫਿਟ ਤੁਹਾਨੂੰ ਸਭ ਤੋਂ ਵੱਡਾ ਮਿਲ ਸਕਦਾ? ਸੋ ਸਪਟੈਂਬਰ ਇਨਟੇਕ ਵਾਲੇ ਸਟੂਡੈਂਟਸ ਲਈ, ਗ੍ਰੈਜੂਏਟ ਨੇ ਤਾਂ 55%, ਪਲੱਸ ਟੂ ਨੇ ਤਾਂ 60%, ਇੰਗਲਿਸ਼ ਦੀ ਜਿਹੜੀ ਕੰਡੀਸ਼ਨ ਹੈ ਜੀ 6 ਬੈਂਡ ਓਵਰਆਲ, 5.5 ਈਚ, ਔਰ ਜੇ ਨਹੀਂ ਹੈ ਤਾਂ 70% ਇੰਗਲਿਸ਼ ਦੇ ਵਿੱਚ ਚਾਹੀਦੇ ਹੈ ਜਾਂ PT ਦਾ ਸਕੋਰ ਚਾਹੀਦਾ ਹੈ। ਇਹ ਹੈਗੀਆਂ ਬੇਸਿਕ ਕੰਡੀਸ਼ਨਾਂ। ਹੁਣ ਇੱਥੇ ਫਾਇਦਾ ਕੀ ਹੈ ਜਾਣ ਦਾ? ਸਭ ਤੋਂ ਵੱਡਾ ਫਾਇਦਾ ਆ ਕਿ ਤੁਹਾਨੂੰ ਕਾਸ ਲੈਟਰ ਜਿਹੜਾ ਹੈਗਾ ਜੀ, ਉਹ ਸਿਰਫ ਮਿਲੂਗਾ 3,000 ਪਾਉਂਡ ਦੇ ਵਿੱਚ। ਮਤਲਬ 3,000 ਪਾਉਂਡ ਤੁਸੀਂ ਆਪਣੀ ਫੀਸ ਟ੍ਰਾਂਸਫਰ ਕਰਨੀ ਹੈ, ਕਾਸ ਲੈਟਰ ਤੁਹਾਨੂੰ ਮਿਲ ਜੂਗਾ, ਸਕਸੈਸਫੁਲੀ ਵੀਜ਼ਾ ਲਵੋ, ਵੀਜ਼ੇ ਤੋਂ ਬਾਅਦ ਆਪਣੀ ਫੀਸ ਟ੍ਰਾਂਸਫਰ ਕਰ ਸਕਦੇ ਹੋ। ਹੁਣ ਫੀਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਫਾਇਦਾ, ਆਹ ਵੀ ਯੂਨੀਵਰਸਿਟੀ ਗਲੌਸਟਰਸ਼ਾਇਰ ਯੂਨੀਵਰਸਿਟੀ ਵੀ ਦੇ ਰਹੀ ਹੈ ਤੁਹਾਨੂੰ 50% ਤੱਕ ਸਕਾਲਰਸ਼ਿਪ। ਮਤਲਬ ਅੱਧੀ ਫੀਸ ਤਕਰੀਬਨ ਤੁਹਾਡੀ ਮਾਫ਼ ਹੋ ਸਕਦੀ ਹੈ, ਸਕਾਲਰਸ਼ਿਪ ਚ ਆ ਸਕਦੀ ਹੈ। ਉਹਦੇ ਲਈ ਤੁਹਾਨੂੰ ਇੱਕ ਬਰੀਫਿੰਗ ਦੇਣੀ ਪੈਂਦੀ ਹੈ ਕਿ ਤੁਹਾਨੂੰ ਇਹ ਸਕਾਲਰਸ਼ਿਪ ਕਿਉਂ ਚਾਹੀਦੀ ਹੈ। ਸੋ ਡੈਫੀਨੇਟਲੀ ਉਹਦੇ ਲਈ ਇੱਕ ਬ੍ਰਾਈਟ ਸਟੂਡੈਂਟ ਵੀ ਹੋਣਾ ਬਹੁਤ ਜ਼ਰੂਰੀ ਹੋਊਗਾ, ਔਰ ਅੱਛੇ ਕੋਰਸ ਦੇ ਵਿੱਚ ਵੀ ਜਾਣਾ ਬਹੁਤ ਜ਼ਰੂਰੀ ਹੋਊਗਾ। ਸੋ ਜਿਹੜੇ ਵੀ ਬੱਚੇ ਇਸ ਬਿਗੈਸਟ ਬੈਨੀਫਿਟ ਦਾ ਜਿਹੜਾ ਫਾਇਦਾ ਹੈ ਉਹ ਲੈਣਾ ਚਾਹੁੰਦੇ ਆ, ਕਿਉਂਕਿ 50% ਉਸਨੂੰ ਮਿਲੂਗੀ ਔਰ ਬਾਕੀ 3,000 ਤੋਂ 4,000 ਪਾਉਂਡ ਹਰ ਸਟੂਡੈਂਟ ਨੂੰ ਫਿਰ ਵੀ ਮਿਲੂਗੀ। ਸੋ ਐਵਰੇਜ ਫੀਸ ਉੱਥੇ ਹੀ ਰਹੂਗੀ। ਟੀਮ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ, 90238 ਨੰਬਰ ਹੈ। ਔਨਲਾਈਨ ਸਾਡੀ ਟੀਮ ਪੂਰਾ ਕੰਮ ਕਰ ਰਹੀ ਹੈ, ਵੀਡੀਓ ਕਾਉਂਸਲਿੰਗ, ਵੀਡੀਓ ਕਾਲ, ਵੀਡੀਓ ਕਾਉਂਸਲਿੰਗ ਦੇ ਉੱਤੇ ਤੁਸੀਂ ਪੂਰੀ ਆਪਣੀ ਕਾਉਂਸਲਿੰਗ ਘਰੇ ਬੈਠੇ ਲੈ ਸਕਦੇ ਹੋ, ਕੰਪਲੀਟ ਗੱਲਬਾਤ ਕਰ ਸਕਦੇ ਹੋ। ਜੋ ਵੀ ਉਹਦੇ 'ਚ ਤੁਹਾਡਾ ਫਾਈਨਲ ਹੁੰਦਾ ਉਹਦੇ ਹਿਸਾਬ ਨਾਲ ਘਰੋਂ ਬੈਠੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਬ੍ਰੌਡਵੇ ਦੇ ਨਾਲ ਸਟਾਰਟ ਕਰ ਸਕਦੇ ਹੋ। ਤੁਹਾਡੇ ਹੋਰ ਵੀ ਕੋਈ ਸਵਾਲ, ਕੁਸ਼ਚਨ, ਡਾਊਟਸ ਹੋਣਗੇ ਉਹ ਵੀ ਦੱਸਦੇ ਰਹਾਂਗੇ। ਨਵੀਆਂ ਯੂਨੀਵਰਸਿਟੀਆਂ ਤੁਹਾਡੇ ਲਈ ਕੀ ਕੀ ਨਵੀਆਂ ਆਪਸ਼ਨਸ ਦੇ ਰਹੀਆਂ ਨੇ ਉਹ ਵੀ ਇਸ ਮੰਚ ਤੋਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਅੱਗੇ ਵੀ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਜੋ ਦੋਸਤ ਬ੍ਰੌਡਵੇ ਇਮੀਗ੍ਰੇਸ਼ਨ ਕੀ ਸਰਵਿਸਿਜ਼ ਲੈਣਾ ਚਾਹਤੇ ਹੈ, ਵੋ ਕੈਸੇ ਹਮਾਰੇ ਸਾਥ ਕੰਟੈਕਟ ਕਰ ਸਕਤੇ ਹੈ, ਉਸਕੇ ਲੀਏ ਮੈਂ ਆਪਕੋ ਸ਼ੁਰੂ ਮੇਂ ਜ਼ਰੂਰ ਬਤਾਊਂਗਾ। ਸੋ ਯੂ ਜਸਟ ਹੈਵ ਟੂ ਫੋਲੋ 3 ਸਟੈਪਸ, ਅ ਸਿੰਪਲ 3 ਸਟੈਪਸ। ਨੰਬਰ 1, ਯੂ ਨੀਡ ਟੂ ਵਿਜ਼ਿਟ ਆਰ ਵੈਬਸਾਈਟ broadwaystudy.com। ਨੰਬਰ 2, ਯੂ ਨੀਡ ਟੂ ਫਿਲ ਅ ਫਾਰਮ, ਵੈਬਸਾਈਟ ਪੇ ਇੱਕ ਫਾਰਮ ਹੋਗਾ, ਯੂ ਹੈਵ ਟੂ ਫਿਲ ਯੋਰ ਨੇਮ, ਨੰਬਰ ਐਂਡ ਦਾ ਕੰਟਰੀ ਯੂ ਵਿਸ਼ ਟੂ ਟਰੈਵਲ। ਐਂਡ ਨੰਬਰ 3, उसके बाद जब आप फॉर्म सबमिट करेंगे, यू कैन सी आवर ऑनलाइन काउंसलर्स आउट देयर, यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे, वो वीडियो कॉल अपने आप ऑटोमेटिकली स्टार्ट हो जाएगी। सो एनी वेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।